ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਸ ਅંધਵਿਸ਼ਵਾਸ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਆਪਣੀਆਂ ਰੋਜ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਬਾਬਾ ਲਫਜ ਹੈ ਨਾ ਇਹ ਬੜਾ ਇਸ ਸ਼ਿਕਾਰ ਦੇਗ ਲੱਗਦਾ ਹੈ ਬਿਲਕੁਲ ਬਾਬਾ ਵਾਲ ਕਹਿੰਦੇ ਜਿਆ ਪੱਕਾ ਸੀ ਕਿ ਪਖੰਡੋ ਆ ਜਿਹੜੇ ਅੱਜ ਕੱਲ ਪਖੰਡੀ ਬਣੇ ਬੈਠੇ ਨੇ ਉਹ ਆਪਣੇ ਆਪ ਨੂੰ ਬਾਬਾ ਹੀ ਕਹੁੰਦੇ ਨੇ ਸੰਗਤ ਤੇ ਉਹ ਜਿਹੇ ਬਾਬਿਆਂ ਕੋਲੋਂ ਆਪਣੇ ਅਰਥ ਵਿਵਸਥਾ ਜਿਹੜੀ ਕਰਦੇ ਕਿ ਕਹਿੰਦੇ ਉਹਨੂੰ ਠੀਕ ਕਰਨ ਵਾਸਤੇ ਸੰਗਤ ਦੀ ਅਰਥ ਵਿਵਸਥਾ ਸਹੀ ਹੋਵੇ ਜਾਂ ਨਾ ਹੋਵੇ ਬਾਬੇ ਦੀ ਅਰਥ ਵਿਵਸਥਾ ਜਿਹੜੀ ਉਹ ਸਹੀ ਹੋਣੀ ਚਾਹੀਦੀ ਹੈ ਹਾਂ ਬਾਬਾ ਜੀ ਬਹੁਤ ਮਾੜੀ ਹੋ ਰਹੀ ਹੈ ਅੱਛਾ ਅੱਗੋ ਬਾਬਾ ਕੀ ਕਹਿੰਦਾ ਵੇ ਤੂੰ ਚੰਗਾ ਤੇਰੇ ਨਾਲ ਸਾਰੀ ਦੁਨੀਆ ਮਾੜਾ ਕਰ ਰਹੀ ਆ ਹੁਣ ਕਿਹੜਾ ਬੰਦਾ ਕਹੂਗਾ ਬਾਬਾ ਜੀ ਮੈਂ ਮਾੜਾ ਵਾਂ ਮੈਂ ਵੀ ਕਈਆਂ ਨਾਲ ਮਾੜੀ ਕੀਤੀ ਹੋएगी ਫਿਰ ਇੱਚ ਕਸੂਰਵਾਰ ਕੌਣ ਆ ਬਾਬੇ ਕਸੂਰਵਾਰ ਆ ਕਿ ਲੋਕ ਕਸੂਰਵਾਰ ਆ ਬਾਬੇ ਨੇ ਤੇ ਆਪਣਾ ਬਿਜ਼ਨਸ ਸੈਟੈਬਲਿਸ਼ ਕਰਨਾ ਹੀ ਕਰਨਾ ਜੀ ਪਰ ਅੰਧਵਿਸ਼ਵਾਸ ਤੋਂ ਲੋਕਾਂ ਦੇ ਵਿੱਚ ਐਕਚੁਅਲ ਚ ਕ੍ਰਿਸਚੀਅਨਿਟੀ ਹੈ ਕੀ ਆ ਪਰ ਉਹਦੀ ਰਿਪਰੈਜ਼ੈਂਟੇਸ਼ਨ ਕਿਸੇ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਅਲੱਗ ਤੇ ਅਦੋਕੇ ਢੰਗ ਦੇ ਨਾਲ ਹੀ ਪ੍ਰੈਜ਼ੈਂਟ ਹੋ ਰਹੀ ਹੈ ਪੰਜਾਬ ਦੀ ਧਰਤੀ ਤੇ ਜ਼ੋਰ ਨਾਲ ਬੋਲੋ ਪਾਪਾ ਬੋਲੋ ਪਾਪਾ अभी अभी क्या हुआ, अभी क्या हुआ हुआ बोलने ये बच्चा बिल्कुल डेड था जब यहाँ पर आया है। आले लोहिया डॉक्टर ने इसको चेक करके भेज दिया ये काफी समय से डेड बॉडी लेकर आए हुए यहाँ पर बहुत सारी भीड़ होने के लिए जा रही है मुर्दे जिंदा किए जा रहे ਸਤ ਸ੍ਰੀ ਅਕਾਲ ਮੈਂ ਗੁਰਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਟਾਕਿੰਗ ਸਰਦਾਰ ਤੇ ਮੇਰੇ ਨਾਲ ਨੇ ਹਮੇਸ਼ਾ ਜਿਨਹੋ ਸਰਦਾਰ ਜਗਦੀਸ਼ ਸਿੰਘ ਜੀ ਆਉਂ ਕਰਦੇ ਆ ਨੇ ਨਾਲ ਗੱਲਬਾਤ ਜਗਦੀਸ਼ ਸਿੰਘ ਜੀ ਆਪਾਂ ਕਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਅੱਜ ਵੈਲ ਵੈਲ ਗੁਰਜੀਤ ਸਿੰਘ ਜੀ ਗੱਲ ਇਸ ਤਰ੍ਹਾਂ ਵਾਜੀ ਕਿ ਵਿਸ਼ਾ ਬੜਾ ਗੰਭੀਰ ਹੈ ਮੈਨੂੰ ਲੱਗਦਾ ਕਿ ਤੁਸੀਂ ਵੀ ਅਣਜਾਣ ਨਹੀਂ ਹੋ ਇਸ ਵਿਸ਼ੇ ਤੋਂ ਤੇ ਸਾਡੇ ਵੇਖਣ ਵਾਲੇ ਜਿਹੜੇ ਸਰੋਤੇ ਆ ਉਹ ਵੀ ਅਣਜਾਣ ਨਹੀਂ ਨੇ ਵਿਸ਼ਾ ਹੈ ਪੰਜਾਬ ਦੇ ਵਿੱਚ ਵਧ ਰਿਹਾ ਬਾਬਾਵਾਦ ਜੀ ਵੇਖੋ ਜੇ ਵੇਖਿਆ ਜਾਵੇ ਕਿ ਪੰਜਾਬ ਉਹ ਤਰਤੀਆ ਹੈ ਗੁਰੂਆਂ ਪੀਰਾਂ ਦੀ ਤਰਤੀਕਿਆ ਹੀ ਜਾਂਦੀ ਹੈ ਜਿੱਥੇ ਬਾਬਾ ਨਾਨਕ ਵਰਗੇ ਹਨਾ ਮਹਾਤਮਾ ਜਿਨ੍ਹਾਂ ਨੇ ਜਨਮ ਲਿਆ ਸਾਡੇ ਗੁਰੂਆਂ ਨੇ ਜਨਮ ਲਿਆ ਦੁਨੀਆ ਨੂੰ ਸੇਧ ਦਿੱਤੀ ਸਿੱਖੀ ਦਾ ਬੂਟਾ ਲਾਇਆ ਸਮੇ ਦੇ ਨਾਲ-ਨਾਲ ਨਾਲ-ਨਾਲ ਜਿਵੇਂ ਹੀ ਕਹਿੰਦੇ ਨਾ ਵਿਗਿਆਨ ਦੀ ਤਰੱਕੀ ਹੋਈ ਤੇ ਲੋਕਾਂ ਦੇ ਵਿੱਚ ਜਿਵੇਂ ਵਿਗਿਆਨ ਦੇ ਨਾਲ ਇੱਕ এডਿਕੇਸ਼ਨ ਵੀ ਆਈ ਪਰ এডਿਕੇਸ਼ਨ ਆਉਣ ਦੇ ਨਾਲ-ਨਾਲ ਅੰਧਵਿਸ਼ਵਾਸ ਜਿਹੜਾ ਨਾ ਉਹ ਵੀ ਵੱਧਦਾ ਹੀ ਗਿਆ ਜੀ ਤੇ ਅੱਜ ਇਥੋਂ ਤੱਕ ਵੱਧ ਕੇ ਆ ਗਿਆ ਹੈ ਕਿ ਜ਼ਿਆਦਾਤਰ ਵੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਸ ਅੰਧਵਿਸ਼ਵਾਸ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਆਪਣੀਆਂ ਰੋਜ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀ ਜੀ ਮੈਂ ਨਾ ਇੱਕ ਗੱਲ ਕਰੈਕਟ ਕਰਦਾ ਜਾਵਾਂ ਜੀ ਜਿਹੜਾ ਬਾਬਾ ਲਫ਼ਜ਼ ਹੈ ਨਾ ਜੀ ਇਹ ਬੜਾ ਹੀ ਸ਼ਿਕਾਰਜੋਗ ਲਫ਼ਜ਼ ਹੈ ਬਿਲਕੁਲ ਬਾਬਾਵਾਦ ਕਹਿਣ ਦੀ ਬਜਾਏ ਆਪਾਂ ਕਹਿ ਸਕਦੇ ਹਾਂ ਕਿ ਪਖੰਡਵਾਦ ਜੀ ਹੈਨਾ ਅਰ ਸਾਡੇ ਨਾਲ ਆਪਣੇ ਛੋਟੇ ਛੋਟੇ ਉਹਨੇ ਲਾਗੇ ਇੱਕ ਗੱਲ ਹੀ ਜੋ ਹਰ ਇੱਕ ਨੂੰ ਨਾ ਰਿਸਪੈਕਟ ਦੇ ਤੌਰ ਤੇ ਉਹ ਪਰਿਵਾਰ ਤੇ ਨਹੀਂ ਨਿਮਰਤਾ ਹੈ ਕਿ ਹਰ ਇੱਕ ਨੂੰ ਉਹਨੇ ਬਾਬਾ ਜੀ ਕਹਿ ਕੇ ਬੁਲਾਉਣਾ ਜੀ ਬਾਬਾ ਜੀ ਆਪਾਂ ਕਿਤੇ ਆਪਣੇ ਵੱਡਿਆਂ ਨੂੰ ਵੀ ਕਹਿੰਦੇ ਹਣਾ ਬਾਬਾ ਜੀ ਨੇ ਕਰਦੇ ਸੋ ਬਾਬਾ ਲਫ਼ਜ਼ ਇੱਕ ਬੋੜਾ ਪਵਿੱਤਰ ਤੇ ਇੱਕ ਸਤਕਾਰਯੋਗ ਲਫ਼ਜ਼ ਹੀ ਬਿਲਕੁਲ ਅੱਜ ਕੱਲ ਇਸ ਨੂੰ ਮੀਡੀਆ ਦੁਆਰਾ ਵੀ ਜਦੋਂ ਆਪਾਂ ਵੀ ਕਹ ਰਹੇ ਕਿ ਬਾਬਾ ਵਾਦ ਚੱਲ ਪਿਆ ਜੀ ਬਾਬਾ ਆਵਾਜ਼ ਚੱਲ ਜੇ ਤੇ ਬੜਾ ਵਧੀਆ ਹੋਵੇ ਜੀ ਪਰ ਪਖੰਡਵਾਰ ਚੱਲ ਪਿਆ ਬਾਬਾ ਆਵਾਜ਼ ਦੇ ਨਾਲ ਪਰ ਗੁਰਜੀਤ ਸਿੰਘ ਜੀ ਤੁਸੀਂ ਇਹ ਕਿਉਂ ਨਹੀਂ ਐਕਸੈਪਟ ਕਰਦੇ ਕਿ ਜਿਹੜੇ ਅੱਜ ਕੱਲ ਪਖੰਡੀ ਬਣੇ ਬੈਠੇ ਨੇ ਉਹ ਆਪਣੇ ਆਪ ਨੂੰ ਬਾਬਾ ਹੀ ਕਹੋਂਦੇ ਨੇ ਜੀ ਵੇਖੋ ਹਾਂਜੀ ਕਹਾਉਣਾ ਤੇ ਹੁਣ ਇਹ 'ਚ ਬਹੁਤ ਫਰਕ ਹੈ ਬੜਾ ਅੰਤਰ ਹੈਣਾ ਜੀ ਸੋ ਵੇਖੋ ਜਿਵੇਂ ਆਪਾਂ ਇਹ ਹਰ ਇੱਕ ਕੋਈ ਪਾਰਖੂ ਨਹੀਂ ਹੋ ਸਕਦਾ ਬਿਲਕੁਲ ਕਿਉਂਕਿ ਹਰ ਇੱਕ ਦੀ ਆਪੋ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਜੀ ਜਦੋਂ ਉਸ ਪਸਿਆਵਾਂ ਦਾ ਸਾਡੇ ਮਾਨਸਿਕ ਪੱਧਰ ਤੇ ਕੋਈ ਹੱਲ ਨਹੀਂ ਨਿਕਲਦਾ ਜੀ ਅਸੀਂ ਕਿਸੇ ਵੱਲ ਭੱਜਦੇ ਆ ਬਿਲਕੁਲ ਅਸੀਂ ਕਿਸੇ ਨੂੰ ਲੱਭਦੇ ਆਂ ਕਿ ਸਾਡੀ ਇਹ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੀ ਫਿਰ ਧਿਆਨ ਚਾਉਂਦਾ ਕਿ ਚਲੋ ਫਲਾਣੇ ਬਾਬਾ ਜੀ ਪੁੱਛਾ ਦਿੰਦੇ ਨੇ ਉੱਥੇ ਚਲ ਜੀਏ ਫਲਾਣੇ ਬਾਬਾ ਜੀ ਨੇ ਕਿਸੇ ਦਾ ਇਲਾਜ ਕਰਦਾ ਹੈ ਆਪਾਂ ਉੱਥੇ ਚਲ ਜੀਏ ਜੀ ਠੀਕ ਹੈ ਜੀ ਬਾਬੇ ਜਿਹੜੇ ਜ਼ਿਆਦਾਤਰ ਹੋ ਗਏ ਨੇ ਜ਼ਿਆਦਾਤਰ ਮੈਂ ਕਹਿਣਾ ਚਾਹੁੰਗਾ ਕਿ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨੇ ਬਾਬਾਵਾਦ ਚੱਲਿਆ ਕਿਉਂਕਿ ਲੋਕ ਜਿਹੜੇ ਨੇ ਬੜੇ ਹੀ ਭੋਲੇ ਨੇ ਜੀ ਇਹਨਾਂ ਨੂੰ ਲੱਗ ਜਾਂਦਾ ਕਿ ਇੱਥੇ ਜਾਵਾਂਗੇ ਜਾਂ ਇੱਕ ਪਿੱਛੇ ਜੇ ਇੱਕ ਫ੍ਰੀਜ਼ਰ ਬਾਬਾ ਵੀ ਰਿਆ ਜੀ ਉਹ ਕਿੱਥੋਂ ਉੱਠ ਕੇ ਕਿੱਥੇ ਆ ਗਿਆ ਕੀ ਬਣ ਗਿਆ ਜੀ ਜਾਂ ਇੱਕ ਮੈਂ ਨਾਂ ਲਾ ਕੇ ਗੱਲਾਂ ਕਰੂੰਗਾ ਜੋ ਜੋ ਵੀ ਹੋਵੇ ਇੱਕ ਕਰਾਦਾ ਮਾਂ ਬਣੀ ਜੀ ਉਹ ਕਿੱਥੋਂ ਚਲੀ ਕਿੱਥੇ ਬਣ ਗਈ ਬਿਲਕੁਲ ਠੀਕ ਹੈ ਜੇ ਇਤਿਹਾਸ ਇਹਦਾ ਪਸੋਕੜ ਵੇਖਿਆ ਜਾਵੇ ਬਾਬਾ ਬਾਬਿਆਂ ਦਾ ਤੇ ਇੱਕ ਜਿਹੜਾ ਰਾਮ ਰੀਮ ਬੜਾ ਅੱਜਕੱਲ ਉਹਨੂੰ ਪ੍ਰੋਲਾ ਮਿਲਦੀਆਂ ਨੇ ਬਿਲਕੁਲ ਬੜਾ ਕੁਸ ਹੋਇਆ ਉਹ ਇੱਕ ਜੱਟ ਪਰਵਾਦ ਚੋਂ ਮੈਂ ਕਿਸੇ ਕਿਸੇ ਬਾਰੇ ਗੱਲ ਨਹੀਂ ਕਰਾਂ ਮੈਂ ਖੁਦ ਇੱਕ ਜੱਟ ਪਰ ਜ਼ਿਆਦਾਤਰ ਲੋਕ ਜਿਹੜੇ ਜੀ ਕਿਥੋਂ ਉਠਦੇ ਨੇ ਤੇ ਕੀ ਕਰ ਲੈਂਦੇ ਨੇ ਜੀ ਹਨਾ ਸੋ ਦੁਨੀਆ ਜਿਹੜੀ ਆ ਆਪਣੀਆਂ ਸਵੱਸਿਆ ਹੁਣ ਆਪਾਂ ਕਿਹਾ ਜਾਂਦਾ ਹੈ ਕਿ ਬਾਬੇ ਜਿਹੜੇ ਲੁੱਟ ਰਹੇ ਨੇ ਸੰਗਤ ਨੂੰ ਹੂੰ ਹਨਾ ਆਪਣਾ ਬੜਾ ਵੱਡਾ ਮਹਿਲ ਰੂਪੀ ਇਹਨਾਂ ਨੇ ਘਰ ਬਣਾਏ ਹੁੰਦੇ ਨੇ ਆਪਣੇ ਡੇਰੇ ਬਣਾਏ ਹੁੰਦੇ ਨੇ ਤੇ ਸੰਗਤ ਦਾ ਪਿਆਹਾ ਹੁੰਦਾ ਹਨ ਜੀ ਹੁਣ ਸੰਗਤ ਤੇ ਆਉਂਦੀ ਹੈ ਬਾਬਿਆਂ ਕੋਲੋਂ ਆਪਣੇ ਜਿਹੜੀਆਂ ਅਰਥ ਵਿਵਸਥਾ ਜਿਹੜੀ ਘਰ ਦੀ ਕਿ ਕਹਿੰਦੇ ਨੇ ਉਹਨੂੰ ਠੀਕ ਕਰਨ ਵਾਸਤੇ ਹੈ ਨਾ ਕਿ ਸਾਡੇ ਘਰ ਦਾ ਕੁਝ ਬਾਬਾ ਜੀ ਇਹੋ ਜਿਹਾ ਮੰਤਰ ਮਾਨ ਜਾਂ ਬਾਬਾ ਜੀ ਇਹੋ ਜਿਹਾ ਕਾਲ ਕਰਨ ਕਿ ਸਾਡੇ ਘਰ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੋਵੇ ਪੈਸੇ ਵੱਖੋ ਤੇ ਬਾਬੇ ਉਹ ਸੰਗਤ ਕੋਲ ਪੈਸੇ ਵੀ ਲੈ ਰਹੇ ਨੇ ਬਿਲਕੁਲ ਵੇਖੋ ਜੀ ਉਹ ਸੰਗਤ ਦੀ ਅਰਥ ਵਿਵਸਥਾ ਸਹੀ ਹੋਵੇ ਜਾਂ ਨਾ ਹੋਵੇ ਬਾਬੇ ਦੀ ਅਰਥ ਵਿਵਸਥਾ ਜਿਹੜੀ ਉਹ ਸਹੀ ਹੋ ਚਾਹੀਦੀ ਹੈ ਗੁਰਜੀਤ ਸਿੰਘ ਜੀ ਮੈਂ ਇੱਥੇ ਤੁਹਾਨੂੰ ਡੋਗਦਾ ਹੋਇਆ ਨਾ ਦੋ ਤਿੰਨ ਚੀਜ਼ਾਂ ਵੇਖੋ ਕੁੱਲ ਮਿਲਾ ਕੇ ਨਾ ਵੇਖੋ ਚੀਜ਼ਾਂ ਸਮੱਸਿਆਵਾਂ ਹਰ ਪਰਿਵਾਰ ਦੇ ਵਿੱਚ ਮੁੜਕੁੜ ਕੇ ਲਗਭਗ ਉਹੋ ਜੀਆਂ ਹੀ ਹੁੰਦੀਆਂ ਨੇ ਕੋਈ ਤਬਈ ਹੋਈ ਬੀਬੀ ਆ ਗਈ ਤੇ ਉਹਨੂੰ ਬਾਬੇ ਨੇ ਕਹਿ ਦੇਣਾ ਕਿ ਬੀਬੀ ਪੱਕਾ ਸੱਸ ਤੋਂ ਪਰੇਸ਼ਾਨ ਆ ਕੋਈ ਨੌਜਵਾਨ ਵਿਦਿਆਰਥੀ ਆ ਗਿਆ ਤੇ ਉਹਨੂੰ ਕਹਿ ਦੇਣਾ ਕਿ ਬਈ ਕਾਕਾ ਤੇਰਾ ਵੀ ਜਾਨੀ ਲੱਗਦਾ ਠੀਕ ਹੈ ਜੀ ਤੇ ਕੋਈ ਮੈਚ્યોਰ ਪਰਸਨ ਆ ਗਿਆ ਤੇ ਉਹਨੂੰ ਉਹਦੇ ਘਰ ਦੀ ਸਮੱਸਿਆ ਕੋਈ ਕਹਿ ਕੇ ਕੇ ਲੈ ਦੇ ਕੇ ਬੰਦਾ ਕਹਿ ਦੇ ਇਹੀ ਸਕਦਾ ਕਿ ਵੇਖੋ ਇੱਕ ਜਿਹੜੀ ਗੱਲ ਹੈ ਉਹ ਬੜੀ ਇੰਪੋਰਟੈਂਟ ਗੌਰ ਕਰਨ ਵਾਲੀ ਹੈ ਕਿ ਵੇਖੋ ਹਰ ਬੰਦੇ ਨੂੰ ਵੇਖੋ ਕਿਵੇਂ ਮਤਲਬ ਕਹਿੰਦੇ ਹੋ ਕਿ ਖਿੱਚਦੇ ਆ ਤੇ ਕੋਈ ਬੰਦਾ ਆ ਕੇ ਉਹਨੂੰ ਕਹਿੰਦੇ ਆ ਸਿੱਧੇ ਬਾਬਾ ਆ ਕੇ ਬਾਬਾ ਜੀ ਬਹੁਤ ਮਾੜੀ ਹੋ ਰਹੀ ਹੈ ਅੱਛਾ ਅੱਗੋ ਬਾਬਾ ਕੀ ਕਹਿੰਦਾ ਵੇਖ ਤੂੰ ਚੰਗਾ ਤੇਰੇ ਨਾਲ ਸਾਰੀ ਦੁਨੀਆ ਮਾੜਾ ਕਰ ਰਹੀ ਹੈ ਹੁਣ ਕਿਹੜਾ ਬੰਦਾ ਕਹੂਗਾ ਬਾਬਾ ਜੀ ਮੈਂ ਮਾੜਾ ਵਾਂ ਮੈਂ ਵੀ ਕਈਆਂ ਨਾਲ ਮਾੜੀ ਕੀਤੀ ਹੋਵੇਗੀ ਸੋ ਇੱਕ ਇਹ ਬੜਾ ਇੱਕ ਟੈਕਟਿਕ ਹੈਗਾ ਵਾ ਜਿਹੜਾ ਸਪਰੈਡ ਹੋ ਰਿਹਾ ਵਾ ਜਿਹਦੇ ਕਰਕੇ ਲੋਕਾਂ ਨੂੰ ਅਟਰੈਕਟ ਕਰ ਰਿਹਾ ਗੁਰਜੀਤ ਸਿੰਘ ਜੀ ਨੇ ਤੇ ਇਹ ਗੱਲ ਕੀਤੀ ਹਨਾ ਕਿਹੜੇ ਤੇ ਕਸੂਰਵਾਰ ਕੋਣ ਆ ਬਾਬੇ ਕਸੂਰਵਾਰ ਆ ਕਿ ਲੋਕ ਕਸੂਰਵਾਰ ਆ ਬਾਬੇ ਨੇ ਤੇ ਆਪਣਾ ਬਿਜ਼ਨਸ ਸਟੈਬਲਿਸ਼ ਕਰਨਾ ਹੀ ਕਰਨਾ ਜੀ ਪਰ ਅੰਧਵਿਸ਼ਵਾਸ ਤੇ ਲੋਕਾਂ ਦੇ ਵਿੱਚ ਆ ਦੇਖੋ ਜਿਹੜੀ ਐ ਐਜੂਕੇਸ਼ਨ ਨਾ ਬੜੀ ਰੋਲ ਕਰਦੀ ਇਨੀਆਂ ਚੀਜ਼ਾਂ ਵਿੱਚ ਬਿਲਕੁਲ ਐਜੂਕੇਟਡ ਬੰਦੇ ਦਾ ਹੋਣਾ ਬੜਾ ਜ਼ਰੂਰੀ ਆ ਜੀ ਤੇ ਤਿੰਨ ਚਾਰ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਚਾਹੁੰਦੀਆਂ ਨਹੀਂ ਕਿ ਜਿਹੜੇ ਲੋਕ ਆ ਜਿਹੜੇ ਮਿਡਲ ਕਲਾਸ ਲੋਕ ਜਾਂ ਕੋਈ ਵੀ ਐਜੂਕੇਟਡ ਹੋਣ ਹਮ ਹੁਣ ਜੀ ਆਪਾਂ ਨੇਤਾ ਲੋਕ ਲਾ ਲਈ ਜੀ ਉਹ ਵੀ ਨਹੀਂ ਚਾਹੁੰਦੇ ਕਿ ਪਬਲਿਕ ਇੰਨੀ ਕ ਅਵੇਅਰ ਹੋਵੇ ਕੀ ਆਪਣੀਆਂ ਸਮੱਸਿਆਵਾਂ ਆਪ ਸੁਲ ਜਾ ਸਕ ਆਪ ਸੁਲ ਜਾ ਸਕਣ ਜੀ ਉਹਨਾਂ ਨੂੰ ਹੁੰਦਾ ਕਿ ਵੇਖੋ ਜਦੋਂ ਵੀ ਤੁਸੀਂ ਅੱਜ ਇਹ ਜਿਹੜਾ ਇੱਥੇ ਆਪਾਂ ਜੇ ਬਾਹਰ ਮਿਲਖਾਂ ਚ ਜਾਈਦੇ ਕਲਚਰ ਇਹ ਨਹੀਂ ਹੈਗਾ ਜ਼ਿਆਦਾਤਰ ਪਰ ਤੁਸੀਂ ਵੇਖੋਗੇ ਕਿ ਜਿਆਦਾਤਰ ਉਹ ਹੀ ਲੋਕੀ ਚੀਜ਼ਾਂ ਜਿਹੜੇ ਕਿਸੇ ਤੇ ਡਿਪੈਂਡ ਹੁੰਦੇ ਨੇ ਹੂੰ ਉਹ ਬੰਦਾ ਜਿਹੜਾ ਹੁੰਦਾ ਜਿਹੜਾ ਜਿਹਦੇ ਤੇ ਡਿਪੈਂਡ ਹੁੰਦੇ ਆ ਉਹ ਬੰਦਾ ਉਹਦੇ ਕੋਲ ਕੋਈ ਵੀ ਕੰਮ ਕਰਾ ਸਕਦਾ ਜਿਹੜਾ ਉਹਦੇ ਤੇ ਡਿਪੈਂਡ ਹੁੰਦਾ ਬਿਲਕੁਲ ਹੁਣ ਜੇ ਪਬਲਿਕ ਆ ਜੋ ਲੇਤਾ ਲੋਕਾਂ ਦੇ ਜ਼ਿਆਦਾਤਰ ਡਿਪੈਂਡ ਰਹੂਗੀ ਜੀ ਹੈਨਾ ਆਰਥਿਕ ਪੱਖੋਂ ਉਹ ਉਹ ਦਿਨ ਤਾਰੀ ਹੀ ਚੱਲੇਗੀ ਜਿਵੇਂ ਉਹ ਚਲਾਉਣ ਚਾਹੁੰਦਾ। ਹੁਣ ਉਹਨਾਂ ਦਾ ਵੋਟ ਬੈਂਕ ਹੋ ਗਿਆ। ਫਿਰ ਜਿਹੜਾ ਬਾਬਾ ਆਵਾਜ਼ ਉਹਦਾ ਮੇਨ ਲਿੰਕ ਹੀ ਵੋਟ ਬੈਂਕ ਨਾਲ ਆ। ਜੀ। ਹੁਣ ਕੋਈ ਬਾਬਾ ਆ ਉਹਦੇ ਜਿਹੜੇ ਹਯਾਰ ਚੱਲੇ ਨੇ ਤੇ ਜਿਹੜੇ ਨੇਤਾ ਲੋਕ ਨੇ ਉਹਨਾਂ ਨੇ ਬਾਬੇ ਨੂੰ ਕੋਈ ਸਾਰੇ ਖੁੱਲ੍ਹੇ ਛੁੱਟੀਆਂ ਦਿੱਤੀਆਂ ਨਹੀਂ ਕਿ ਤੁਮ ਮੋਜਾ ਕਰ ਜਿਹੜੇ ਬੰਦੇ ਤੇਰੇ ਨਾਲ ਜੁੜੇ ਨੇ ਸਾਡੀਆਂ ਵੋਟਾਂ ਉਹਨਾਂ ਦੀਆਂ ਵੋਟਾਂ ਸਾਨੂੰ ਪਵਾ ਨਹੀਂ। ਜੀ। ਬਾਬਾ ਜੀ ਜਿਉਂ ਕੀ ਬਾਰੇ ਮੈਂ ਉਦਾਹਰਨ ਦਊਂਗਾ। ਇੱਕ ਬੜਾ ਵੱਡਾ ਬਾਬਾ ਆ ਅਸਰਮ ਬਾਪੂ। ਹੂੰ। ਬਾਪੂ ਅਸਰਮ ਹਣੀ ਉਹਨਾਂ ਕੋਲ ਵੱਡੇ ਵੱਡੇ ਲੀਡਰ ਵੀਡੀਓ ਪੰਜਾਂ YouTube ਤੇ ਜੀ 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 ਅਟਲ ਬਿਹਾਰੀ واਜ ਪਾਈ ਸਾਹਿਬ ਜੀ ਜਸਵੰਤ ਸੇਨਾ ਜੀ ਲਾਲ ਕ੍ਰਿਸ਼ਨ ਅਡਵਾਨੀ ਜੀ ਤੇ ਮੋਦੀ ਸਾਹਿਬ ਹੂੰ ਸਾਰੇ ਕਹਿੰਦੇ ਨੇ ਦੇਖੀ ਬਾਪੂ ਜੀ ਨਾਲ ਤੇ ਸਾਡਾ ਗਹਿਰਾ ਰਿਸ਼ਤਾ ਹੂੰ ਤੇ ਹੁਣ ਜਿਹੜੇ ਬਾਪੂ ਜੀ ਨੇ ਰਿਸ਼ਤੇ ਹੋਰ ਬਣਾਏ ਸੀ ਉਹ ਫੜੇ ਜਾਣ ਤੋਂ ਬਾਅਦ ਹੁਣ ਫੜੇ ਜਾਣ ਤੋਂ ਬਾਅਦ ਫਿਰ ਹੁਣ ਉਹ ਉਹਨਾਂ ਦਾ ਸਹਿਯੋਗ ਵੀ ਇਹਨਾਂ ਨੇਤਾ ਨਾਲ ਹੋਵੇ ਪਤਾ ਨਹੀਂ ਸ਼ਾਇਦ ਇਹਨਾਂ ਨੇ ਵੀ ਇਹੋ ਜੇ ਕਾਰਮਕਾਂਡ ਕੀਤੇ ਹੁਣ ਬਾਕੀ ਜਿਹੜੀ ਲਾਠੀ ਦੀ ਬੈਸ ਹੁਣ ਕਾਂਗਰਸ ਦਾ ਕੋਈ ਲੀਡਰ ਬਾਪੂ ਦੇ ਨਹੀਂ ਰਿਹਾ ਹੂੰ ਜਦੋਂ ਭਾਜਪਾ ਵਾਲੇ ਜਾਂਦੇ ਸੀ ਤੇ ਕਾਂਸ ਸਰਕਾਰ ਆਈ ਉਹਨਾਂ ਨੇ ਬਾਪੂ ਨੂੰ ਜੇਲ੍ਹ ਚ ਦੇ ਦਿੱਤਾ ਜੀ ਹੈਨਾ ਸੋ ਦਜੀ ਗੱਲ ਵੇਖੋ ਅਜੇ ਤੱਕ ਬਾਪੂ ਨੂੰ ਭਾਜਪਾ ਵਾਲਿਆਂ ਨੇ ਬਾਹਰ ਕੱਢਿਆ ਕਿਉਂਕਿ ਦੋਸਤ ਸਾਹਿਬ ਤੋਂਗੇ ਚਲੋ ਜੇਲ੍ਹ ਚ ਹੋ ਗੀ ਹੈਨਾ ਫਿਰ ਆਪਾਂ ਗੱਲ ਕਰੀਏ ਆ ਜਿਹੜਾ ਰਾਮ ਰੀਮ ਬਾਬਾ हां जी ਇੰਨੇ ਵੀ ਸਪੋਰਟ ਕੀਤੀ ਨੇ ਤਾਂ ਲੋਕਾਂ ਦੀ ਬਿਲਕੁਲ ਸੋ ਇਹ ਚੀਜ਼ਾਂ ਸਾਰਾ ਜਿਹੜਾ ਮੇਨ ਧੁਰਾਇਆ ਉਹ ਕਿਤੇ এডਿਊਕੇਸ਼ਨ ਦੀ ਗੱਲ ਆ ਜੇ ਆਪਾਂ ਗੱਲ ਕਰੀਏ ਸਾਰੇ ਧਰਮਾਂ ਦੀ ਹਰ ਧਰਮ ਨੇ ਇਹ ਜ਼ਰੂਰ ਚਾਹਿਆ ਕਿ ਜਿਹੜੇ ਲੋਕ ਆ ਧਰਮ ਤੋਂ ਤੇ ਹੀ ਲੋਕਾਂ ਦੀ ਜਿਹੜੀ ਹੈਗੀ ਆ ਪੰਦ ਪੰਦ ਚੱਲਦਾ ਜਿਹੜਾ ਲੋਕਾਂ ਦਾ ਜਿਹੜੇ ਰਸਤੇ ਤੇ ਚੱਲਣਾ ਉਹ ਸਹੀ ਹੋਵੇ ਜਿੱਦਾਂ ਲੋਕਾਂ ਜਿਹੜੀ ਨਾਰਮਲ ਜ਼ਿੰਦਗੀ ਗੁਜ਼ਾਰਨੇ ਉਹ ਸਹੀ ਕਰਨ ਉਹ ਆ ਤੇ ਧਰਮ ਚੋਣ ਚ ਲੈ ਗਏ ਜੇ ਆਪਾਂ ਤੰਤਾਂ ਸ਼੍ਰੀ ਗੁਰਨਾਗਦੇਵ ਜਿਨੂੰ ਲਾ ਲਈ ਜੀ ਉਹਨਾਂ ਨੇ ਕਿਹਾ ਕਿ ਇਹ ਪੰਡਤਾਂ ਦੇ ਘਰੇ ਛੱਡੋ ਜਿੱਥੇ ਝੂਠ ਬੋਲਿਆ ਗਿਆ ਚਾਹੇ ਉਹ ਸੋਜ ਨੂੰ ਪਾਣੀ ਦੇਣ ਦੀ ਗੱਲ ਕਹੀ ਗਈ ਹੈ ਜੀ ਹੈਨਾ ਜਾਂ ਇਹ ਕਿਹਾ ਗਿਆ ਕਿ ਪਰਦਾ ਝੂੜਨਾ ਬਹੁਤ ਸੱਚ ਹੈ ਕਿ ਤਨ ਖਾਣ ਤੂੰ ਡਿਆ ਪਿਤਰਾ ਨੂੰ ਨਾ ਖਾਣ ਡਿਆ ਲੋਕਾਂ ਕੋ ਰਾਸ਼ਨ ਲਿਆ ਜਾਂਦਾ ਸੀ ਤੇਰੇ ਪਿਤਰਾ ਨੂੰ ਪਾਉਣਾ ਤੇ ਕਾਬਲ ਆ ਜਾਂਦਾ ਹੈ ਹਨ ਜੀ ਠੀਕ ਹੈ ਜੀ ਹੁਣ ਬਾਬਾ ਜੀ ਨੇ ਉਹ ਚੀਜ਼ਾਂ ਤੋਂ ਕੱਢਿਆ ਅੱਜ ਕੱਲ ਫੇਰ ਕਿਤੇ ਨਾ ਕਿਤੇ ਚਾਹੇ ਤੋਂ ਗਵਰਨਮੈਂਟ ਦੀਆਂ ਮਾੜੀਆਂ ਨੀਤੀਆਂ ਕਾਰਨ ਚਾਹੇ ਜਿਹੜੀ ਰਾਜ ਕਰਤਾ ਸਹਰੇਣੀ ਉਹਨਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਇਹੋ ਜਿਹੇ ਬਾਬੇ ਹੋਣ ਚ ਆ ਜਾਂਦੇ ਨੇ ਜਿਹੜੇ ਆਪਣੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਨੇ ਤੇ ਫਿਰ ਆਪ ਜੋੜਦੇ ਨੇ ਨੇਤਾ ਲੋਕਾਂ ਨਾਲ ਪਰ ਭਾਜੀ ਕਿਤੇ ਨਾ ਕਿਤੇ ਇੱਕ ਸਵਾਲ ਆ ਜਿਵੇਂ ਅਸੀਂ ਕਹਿੰਨੇ ਆ ਹਨਾ ਪਰ ਮੈਨੂੰ ਲੱਗਦਾ ਨਹੀਂ ਕਿ ਜਿਵੇਂ ਆਮ ਮੈਂ ਪਰੇਸ਼ਾਨੀ ਦੀ ਗੱਲ ਕਰਦਾ ਵੇਖੋ ਸਰਕਾਰਾਂ ਨੂੰ ਵੋਟ ਬੈਂਕ ਦੇ ਨਾਲ ਮਤਲਬ ਹੁੰਦਾ ਕਿ ਜਿੱਧਰੋਂ ਵੋਟ ਬੈਂਕ ਸਾਡਾ ਮਿਲ ਜੇ ਆਪਾਂ ਉਹ ਚੁੱਕ ਲਈਏ ਜੀ ਪਰ ਸਰਕਾਰਾਂ ਨੂੰ ਵੀ ਵੋਟ ਬੈਂਕ ਜੇ ਵੇਖਣਾ ਹੁੰਦਾ ਕਿ ਲੋਕਾਂ ਦੀ ਮੈਜੋਰਟੀ ਵੇਖਣੀ ਹੁੰਦੀ ਹੈ ਬੇਸਿਕਲੀ ਹਾਂਜੀ ਪਰ ਸਰਕਾਰਾਂ ਘਰੇ ਆ ਕੇ ਇੱਕ ਇੱਕ ਬੰਦੇ ਨੂੰ ਤਾਂ ਨੀਨੇ ਚੁੱਕ ਕੇ ਲੈ ਗਈਆਂ ਬਾਪਿਆਂ ਤੋਂ ਮੈਂ ਗੱਲ ਇਹ ਕਰਦਾ ਕਿ ਵੇਖੋ ਲੈਕ ਆਫ এডਿਕੇਸ਼ਨ ਆਪਾਂ ਜਰੂਰ ਇੱਕ ਪੁਆਇੰਟ ਲਾ ਸਕਦੇ ਹਾਂ ਕਿ ਬਈ ਵੇਖੋ এডਿਕੇਸ਼ਨ ਦੀ ਘਾਟ ਹੋਣ ਕਰਕੇ ਇਹੀਆਂ ਚੀਜ਼ ਸੋਚ ਲਈ ਪਰ ਮੈਂ ਗੁਰਜੀਤ ਸਿੰਘ ਜੀ ਇੱਥੇ ਇੱਕ ਚੀਜ਼ ਤੁਹਾਨੂੰ ਐਡ ਕਰਦਾ ਕਿ ਬੜੇ ਬੜੇ ਪੜ੍ਹੇ ਲਿਖੇ ਵਿਦਵਾਨ ਵੀ ਇਹ ਪਖੰਡਵਾਦ ਦਾ ਜਿਹੜਾ ਵਾ ਉਹ ਹਿੱਸਾ ਬਣ ਚੁੱਕੇ ਨੇ ਬੜੀਆਂ ਐਗਜ਼ਾਮਪਲ ਦੇਖਣ ਨੂੰ ਆਉਂਦੀਆਂ ਨੇ ਪਿੱਛੇ ਜੇ ਅਸੀਂ ਇੱਕ ਗੱਲ ਕਰੀਏ ਕਿ ਕ੍ਰਿਕਟਰ ਯੁਵਰਾਜ ਸਿੰਘ ਦੀ ਅਗਰ ਕੇਸ ਦੀ ਗੱਲ ਕਰੀਏ ਤਾਂ ਯੁਵਰਾਜ ਸਿੰਘ ਦੀ ਮਾਂ ਯੁਵਰਾਜ ਨੂੰ ਕਈ ਪਖੰਡਵਦੀਆਂ ਦੇ ਵਿੱਚ ਜਾ ਕੇ ਲੈ ਕੇ ਜਾਂਦੀ ਰਹੀ ਆ ਕਿ ਸ਼ਾਇਦ ਇਹਦੀ ਕੈਂਸਰ ਠੀਕ ਹੋ ਜਾਈਏ ਇਹ ਬ ਖੇਡ ਰਿਹਾ ਵਾ ਇਹ ਸਗੋਂ ਇਹਦੀ ਸਿਹਤ ਚੰਗੀ ਹੋ ਜਾਏ ਕੋਈ ਨਾ ਕੋਈ ਹੱਲ ਇਤਨਾ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਲੈ ਦੇ ਕੇ ਇਲਾਜ ਉਹਦਾ ਅਮਰੀਕਾ ਦੇ ਵਿੱਚ ਹੋਇਆ ਤੇ ਉਹ ਤੰਦਰੁਸਤ ਹੋ ਕੇ ਮੁੜ ਵਾਪਸ ਆਪਣੀ ਫੀਲਡ ਦੇ ਵਿੱਚ ਪਹੁੰਚਿਆ ਹੁਣ ਵੇਖੋ ਗੱਲ ਇੱਥੇ ਹੁਣ ਅਸੀਂ ਕਿੰਨਾ ਕ ਅਸੀਂ ਬਲੇਮ ਕਰੀਏ ਐਜੂਕੇਸ਼ਨ ਐਜੂਕੇਟਿਡ ਹੋਣ ਦੇ ਬਾਵਜੂਦ ਵੀ ਲੋਗ ਇਹਦੇ ਵਾਸਤੇ ਕਿਉਂ ਡਿਗਰੇ ਨੇ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇੱਕ ਮਾਨਸਿਕ ਜਿਹੜੀ ਆ ਨਾ ਪਰੇਸ਼ਾਨੀ ਜਿਹੜੀ ਆ ਘਰ ਘਰ ਦੀ ਉਹ ਕਿਤੇ ਨਾ ਕਿਤੇ ਅਹਿਮ ਰੋਲ ਨਭਾਉਂਦੀ ਹੈ ਕਿ ਬੰਦਾ ਹਰ ਪਰੇਸ਼ਾਨ ਆ ਜਿਵੇਂ ਬਾਬਾ ਨਾਨਕ ਨੇ ਕਿਹਾ ਨਾਨਕ ਦੁਖੀ ਆ ਸਭ ਸੰਸਾਰ ਪਰ ਗੱਲ ਇਹ ਆ ਕਿ ਅਸੀਂ ਉਹ ਦੁੱਖ ਦੀ ਜਿਹੜੀ ਦਵਾ ਵਾ ਉਹ ਅਸੀਂ ਪ੍ਰਮਾਤਮਾ ਦੇ ਨਾਮ 'ਚੋਂ ਲੱਭਣ ਨਾਲੋਂ ਅਸੀਂ ਲੱਭ ਰਹੇ ਆ ਪਖੰਡਵਾਦੀਆਂ ਦੇ ਡੇਰੇਾਂ ਦੇ ਉੱਪਰ ਦੇਖੋ ਜੀ ਇਹ ਜਗਦੀਸ਼ ਸਿੰਘ ਜੀ ਬਿਲਕੁਲ ਸਹੀ ਗੱਲ ਹੈ ਕਿ ਜਿਹੜੀਆਂ ਘਰਾਂ ਦੀਆਂ ਪਰੇਸ਼ਾਨੀਆਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਲੋਕਾਂ ਨੂੰ ਲੋੜੀਂਦੀਆਂ ਹਨ ਹਣਾ ਤੇ ਕਈ ਥਾਈਂ ਤੇ ਜਦੋਂ ਵੇਖਿਆ ਕਿ ਜਿਹੜੇ ਬਾਬੇ ਨੇ ਕਹੀ ਉਹ ਤੁਹਾਨੂੰ ਛੋੜ ਦੇ ਦਿੰਦੇ ਨੇ ਤੁਹਾਨੂੰ ਕੰਟੀਨਾਂ ਜਾਂ ਲੰਗਰ ਲਾਉਂਦੇ ਨੇ ਕਿ ਤੁਸੀਂ ਆਓ ਖਾਓ ਸਾਡੇ ਕੋਲ ਹਣਾ ਜੀ ਜਾਂ ਛੋਟੇ-ਛੋਟੇ ਲਾਲਚ ਦੇ ਕੇ ਆਪਣੇ ਦਾ ਚੀਜ਼ਾਂ ਜੋੜੀ ਲੈਂਦੇ ਨੇ ਆਪਣੇ ਬੋਰਡ ਬੈਂਕ ਬਣਾ ਜਾਂਦੇ ਨੇ ਹੋ ਸਕਦਾ ਜਿਹੜੀ ਨਾਰਮਲ ਲੋਕ ਨੇੜੇ ਛੋਟੇ ਲੋਕ ਨੇ ਜਿਹੜੇ ਮਿਡਲ ਕਲਾਸ ਲੋਕ ਨੇ ਉਹ ਬਾਬਿਆਂ ਨੂੰ ਜਿਆਦਾ ਪੈਸੇ ਬਣਾਉ ਲੈਂਦੇ ਹੁਣ ਜਾਇ ਇਲਾਹੇ ਬੰਦ ਉਹ ਨਾ ਹੁਣ ਪਰ ਉਹਨਾਂ ਦਾ ਜਿਹੜਾ ਇਕੱਠ ਉਹ ਬੜਾ ਵੱਡਾ ਹੁੰਦਾ ਜੀ ਉਹਦੇ ਕਰਕੇ ਲੀਡਰ ਲੋਕ ਜਿਹੜੇ ਉਹ ਬਾਬਿਆਂ ਦੇ ਹੁੰਦੇ ਆਪਣੇ ਫਿਰ ਲੀਡਰ ਦਾ ਜਿਹਨੂੰ ਬਾਬਿਆਂ ਦਾ ਗੇੜ ਬਣਦਾ ਫਿਰ ਬੜੇ ਬੜੇ ਵੱਡੇ ਵੱਡੇ ਕਾਂਡ ਹੁੰਦੇ ਨੇ ਜੇ ਅਸੀਂ ਵੇਖੀ ਗੁਰਜੀ ਸਾਹਿਬ ਹਾਂਜੀ ਮੈਂ ਸੌਰੀ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ ਪੀਸ ਕੰਟੀਨਿਊ ਪਰ ਸਾਨੀਆਂ ਹਰ ਇੱਕ ਚੀਜ਼ ਹੈਗੀਆਂ ਨੇ ਜੀ ਭਾਈ ਜੇ ਹੁਣ ਮੈਂ ਆਪਣੇ ਘਰ ਦੀ ਗੱਲ ਕਰਾਂ ਨਾ ਸੋਛ ਛੱਡ ਜਿਹੜੀਆਂ ਮਾਈਆਂ ਦਾਦੀਆਂ ਚਕੀਆਂ ਤਾਈਆਂ ਨੇ ਇੱਕ ਹੁੰਦਾ ਹੈ ਗੋਗਾ ਪੂਜਣਾ ਹਾਂਜੀ ਗੋਗਾ ਪੂਜਣਾ ਮਤਲਬ ਕਿ ਸੱਪ ਨੂੰ ਦੁੱਧ ਪਿਉਣਾ ਅੱਛਾ ਜੀ ਜਿਹੜੀ ਜਿੱਥੇ ਕਿਤੇ ਸੱਪ ਦੀ ਕੋਡ ਫਖੀ ਉੱਥੇ ਇੱਕ ਸੱਪ ਉੱਥੇ ਬਣ ਜਾਂਦੀ ਹੈ ਕਿ ਨਾ ਢੇਰੀ ਜੀ ਬਾਈਆਂ ਜੀ ਤੇ ਉੱਥੇ ਜਿਹੜੀਆਂ ਬੀਬੀਆਂ ਨੇ ਉਹ ਕੜਾ ਖੀਰ ਪੂੜੇ ਛੋਟੇ ਘਰ ਜਾਂਦੇ ਕਿ ਬਾਬਾ ਜੀ ਦਾ ਪੂਜਣਾ ਹਾਂ ਫਿਰ ਇਹ ਸਾਡੇ ਘਰਾਂ ਦੀਆਂ ਗੱਲਾਂ ਨੇ ਜਿਹੜੀਆਂ ਸਾਡੇ ਛੋਟੇ ਛੋਟੇ ਹੁੰਦੇ ਹੋਈਆਂ ਨੇ ਫਿਰ ਇੱਕ ਵਾਰ ਆਈ ਨਾ ਇੱਕ ਗੁਰਦਾਸਪੁਰ ਰੋਡ ਤੋਂ ਨਾ ਜਿਹਨੂੰ ਦੀਨਦਰਗਰ ਨੂੰ ਜਾਇਦਾ ਜੀ ਇੱਕ ਕਿੱਦਾਂ ਚੀਜ਼ਾਂ ਸ਼ੁਰੂਆਤ ਹੁੰਦੀ ਹੈ ਹਮ ਇੱਕ ਨਾ ਉੱਥੇ ਕਿਸੇ ਨੇ ਇੱਕ ਦੋ ਤਿੰਨੇ ਟਾ ਰੱਖ ਕੇ ਨਾ ਜੀ ਸਾਡੇ ਸਾਹਮਣੇ ਦੀ ਗੱਲ ਆ ਕਿ ਅਸੀਂ ਸਾਡਾ ਅਸੀਂ ਟਰੱਕ ਜਿਹੜਾ ਸਾਡਾ ਗੀੜਾ ਤੁਨੂੰ ਲੱਗਦਾ ਰਹਿੰਦਾ ਹੁੰਦਾ ਜਿੱਤੇ ਜਿੱਦੇ ਜੀ ਉੱਥੇ ਕਹਿੰਦੇ ਈਟ ਰੱਖਤੀ ਜਿਹਦੇ ਥੱਲੇ ਇੱਕ ਦੀਵਾ ਬਾਲਦਾ ਅੱਛਾ ਜੀ ਉਹ ਦੀਵਾ ਬਲਦਾ ਗਿਆ ਤੇ ਲੋਕਾਂ ਨੇ ਕੀ ਕਰਤਾ ਜਿਹੜੀਆਂ ਇੱਟਾਂ ਵਾਲੀਆਂ ਨੇ ਜਿੱਦਾਂ ਟਰਾਲੀਆਂ ਤੇ ਲੈ ਕੇ ਜਾਣੀਆਂ ਕਿ ਇੱਟਾਂ ਉਹਨੇ ਉੱਥੇ ਦਹਾ ਇੱਟਾਂ ਛੱਡ ਜਾਣੀਆਂ ਜਾਂਦੇ ਜਾਂਦੇ ਪਟਾਚੇ ਦਾ 10 ਹਿੱਟਾ ਵਧ ਲੈ ਆਉਣੀ ਹੈ ਜੇ ਕਿੰਨੇ 2000 ਇਟਾ ਮਗਾਈ ਤੇ 10 ਨਾਲ ਵਧ ਲੈ ਆਉਣੀ ਹੈ ਪੱਠੇ ਤੋਂ ਹੀ ਅੱਛਾ ਅਸੇ ਸੇਵਾ ਕਰਨੀ ਹੈ ਪਰ ਉਹ ਕਿੱਥਾ ਪੱਠੇ ਵਾਲੇ ਟੱਪ ਪੱਠੇ ਵਾਲੇ ਇਹ ਲੈ ਆ ਹਾਂ ਦਾ ਵਧ ਲੈ ਆਉਣੀ ਉੱਥੇ ਦਾ ਹਿੱਟਾ ਛੋੜ ਦੇਣੀ ਹੈ ਅੱਛਾ ਫਿਰ ਜੇ ਕਿੰਨੇ ਰੇਤਾ ਲੈ ਕੇ ਆਉਣੀ ਉਧਰੋਂ ਉਹਨੇ 10 ਟੱਪ ਕਹੀ ਤੇ ਰੇਤਾ ਨਾਲ ਲਾ ਦੇਣੀ ਉੱਥੇ ਇਧਰ ਕਈ ਨਾ ਰੇਤਾ ਲਾ ਦੇਣੀ ਫਿਰ 10 ਟੱਪ ਬਜਰੀ ਦੇ ਲਾ ਦੇਣੀ ਹਾਂਜੀ ਅੱਛਾ ਜੀ ਵੀਨੇ ਵੀਨੇ ਸਾਡੇ ਉੱਥੇ ਤੇ ਰੇਤਾ ਦੀ ਢੇਰ ਲੱਗੇ ਤੇ 32 ਕੀ ਕਹਿੰਦੇ ਆ ਬਜਰੀ ਦਾ ਵੀ ਢੇਰ ਲੱਗੇ ਇਟਾਂ ਦੇ ਵੀ ਢੇਰ ਲੱ ਉੱਥੇ ਕੋਈ ਆਣ ਕੇ ਬਾਬਾ ਬਹਿ ਗਿਆ ਹੂੰ ਠੀਕ ਹੈ ਜੀ ਉਹਨੇ ਕੀਤਾ ਕਿ ਜਿਹੜਾ ਇੱਟਾਂ ਦਾ ਚੱਕਾ ਚੁੱਕਾ ਲਾ ਕੇ ਸਾਰਾ ਕੁਝ ਕੀਤਾ ਤੇ ਨਾਲ ਮੰਤਰੀ-ਮੰਤਰੀ ਤੇ ਕਿਸ ਨਾ ਰਲ ਕੇ ਨਾ ਐਲ ਐਮ ਐਲ ਦੇ ਉੱਥੇ ਰਡ ਘਾਟਨ ਕਰਾ ਲਿਆ ਅੱਛਾ ਕੀ ਇੱਥੇ ਹੁਣ ਬੜੀ ਵੱਡੀ ਜਗ੍ਹਾ ਬਣੂਗੀ ਬਾਬੇ ਲੱਖਾਂ ਦੇ ਦਾਦੇ ਜੀ ਅੱਛਾ ਜੀ ਉੱਥੇ ਜਗ੍ਹਾ ਬਣ ਗਈ ਜੀ ਤੇ ਉੱਥੇ ਆਣ ਕੇ ਫਿਰ ਜਦੋਂ ਫਿਰ ਗੱਡੀਆਂ ਰੁਕਣ ਲੱਗੀਆਂ ਇੱਥੇ ਫਿਰ ਦੋ ਤਿੰਨ ਗਰਮੀ 'ਚ ਰੋੜਾ ਵੇਲਣ ਲੱਗ ਗਿਆ ਇੱਕ ਦੋ ਰੋੜੀਆਂ ਹੋਣ ਲੱਗਣ ਲੱਗੀਆਂ ਜੀ ਸੜਕ ਦੇ ਉੱਪਰ ਹੀ ਅੱਛਾ ਜੀ ਤੇ ਉਹ ਅਜੇ ਵੀ ਹੈਗਾ ਸੜਕ ਦੇ ਉੱਪਰ ਹੀ ਉਹ ਬ ਰੂਮ ਟਾਈਪ ਤੇ ਗ੍ਰਿਲ ਲੱਗੀ ਹੋਈ ਹੈ ਅੰਦਰ ਇੱਕ ਸਵਾਦ ਬਣੀ ਹੋਈ ਹੈ ਤੇ ਬਾਹਰੋਂ ਜਿਹੜੇ ਡਰਾਈਵਰ ਆ ਗੱਡੀ ਰੋਕਦੇ ਨੇ ਤੇ 100 ਰੁਪਏ ਅੰਦਰ ਛੁੜਦੇ ਨੇ ਤੇ ਮੱਥਾ ਟੇਕਦੇ ਨੇ ਤੇ ਇੱਕ ਬਾਬਾ ਬਹਿ ਗਿਆ ਹਣ ਉੱਥੇ ਤੋਂ ਫੁੱਲਿਆਂ ਦਾ ਪ੍ਰਸ਼ਾਦ ਦੇ ਦਿੰਦਾ ਉੱਥੇ ਅੱਛਾ ਜੀ ਸੋ ਇਸ ਤਰ੍ਹਾਂ ਨਾਲ ਇੱਕ ਧੰਦੇ ਚੱਲਦੇ ਨੇ ਜ਼ਿਆਦਾਤਰ ਜੀ ਪਰ ਤੁਸੀਂ ਸੱਪਾਂ ਵਾਲੀ ਗੱਲ ਤੇ ਉਹ ਸੱਪ ਨੂੰ ਦੁੱਧ ਪਿਉਣ ਵਾਲੀ ਗੱਲ ਸੱਪ ਨੂੰ ਦੁੱਧ ਪਿਉਣ ਵਾਲੀ ਗੱਲ ਹੈ ਕਿ ਜਿੰਨਾ ਮਰਜੀ ਪਿਆਲੋ ਸੱਪ ਕਰੇਗੇ ਤੇ ਮਿੱਤ ਨਹੀਂ ਬੰਦੇ ਮੈਂ ਤੁਹਾਨੂੰ ਵੇਖੋ ਇੱਕ ਗੱਲ ਮੈਂ ਇੱਥੇ ਤੁਹਾਨੂੰ ਰੁਕ ਲੱਗਾ ਗੁਰਜੀਤ ਸਿੰਘ ਜੀ ਵੇਖੋ ਫਿਰ ਤੁਸੀਂ ਐਜੂਕੇਸ਼ਨ ਵਾਲੀ ਗੱਲ ਕਰਤੀ ਨਾ ਮੈਨੂੰ ਵਧੀਆ ਯਾਦ ਆਈ ਇੱਕ ਚੀਜ਼ ਵੇਖੋ ਜੀ ਆਪਣੀ ਅਨਪੜਤਾ ਇਸ ਵੱਲ ਹੋਈ ਪਈ ਹੈ ਕਿ ਵੇਖੋ ਜੀ ਜਾ ਕੇ ਸੱਪ ਨੂੰ ਦੁੱਧ ਪਿਓਗੇ ਕੁਝ ਮਿਲ ਜਾਊਗਾ ਹਨਾ ਅਸੀਂ ਛੋਟੇ ਹੁੰਦੇ ਕਿਤਾਬ ਦੇ ਵਿੱਚ ਇੱਕ ਕਹਾਣੀ ਪੜ੍ਹੀ ਸੀ ਕਿ ਇੱਕ ਕਿਸਾਨ ਨੂੰ ਇੱਕ ਸੱਪ ਸਰਦੀਆਂ ਦੇ ਵਿੱਚ ਕਿਤੇ ਆਕੜੇ ਹੋਏ ਮਿਲਦਾ ਕਿ ਮਰਨ ਦੇ ਕੰਢੇ ਹੀ ਸੀ ਉਹ ਜਾ ਕੇ ਕਿਸ ਦਾ ਵਿਚਾਰਾ ਉਹਨੂੰ ਚੋਕ ਕੇ ਕਹਿੰਦਾ ਯਾਰ ਘਰੇ ਲੈ ਆਉਂਦਾ ਵਾ ਤੇ ਉਹਨੂੰ ਅੱਗ ਦੇ ਲਾਗੇ ਜਾ ਕੇ ਉੱਥੇ ਪਾ ਦਿੰਦਾ ਵਾ ਉਹ ਆਸ ਆਪਾ ਪੜੀ ਥੋੜੀ ਜਿਹੀ ਪੋਜੀਸ਼ਨ 'ਚ ਆਉਂਦਾ ਵਾ ਤੇ ਉਹਨੂੰ ਜਾ ਕੇ ਦੁੱਧ ਦੁੱਧ ਲਿਆ ਕੇ ਪੀਂਦਾ ਵਾ ਠੀਕ ਆ ਉਹ ਦੁੱਧ ਪੀ ਕੇ ਜਿਵੇਂ ਤਗੜਾ ਹੁੰਦਾ ਸ਼ਾਮ ਨੂੰ ਕਿਸਾਨ ਬੈਠਾ ਹੁੰਦਾ ਤੇ ਉਹਨੂੰ ਹੀ ਜਾ ਕੇ ਡੰਗ ਲੈਂਦਾ ਹਣਾ ਉਦੋਂ ਸਾਨੂੰ ਜੇ ਕਿਤੇ ਕਿਤਾਬ ਪੜ੍ਹੀ ਹੋਵੇ ਤੇ ਸਾਨੂੰ ਪਤਾ ਹੋਵੇ ਕਿ ਭਾਈ ਸਾਪ ਨੂੰ ਦੁੱਧ ਨਹੀਂ ਪਿਆਈਦਾ ਇਹ ਆਪਣੇ ਵਾਲੇ ਜਿਹੜੇ ਪਖੰਡਵਾਦ ਦੇ ਚੱਕਰ ਦੇ ਵਿੱਚ ਸੱਪਾਂ ਨੂੰ ਹੀ ਦੁੱਧ ਪਿਉਣ ਨੂੰ ਤਰੇ ਹੋਏ ਕਿ ਬੰਦਾ ਪੁੱਛੇ ਉਹਨਾਂ ਨੂੰ ਦੁੱਧ ਪਿਆ ਕੇ ਬੜਾਉਣਾ ਕੀ ਉਹਨਾਂ ਦਾ ਜੀ ਜੀ ਇੱਕ ਸੰਸਥਾ ਚੱਲਦੀ ਹੈ ਜੀ ਉਹ ਪਹਿਲਾਂ ਚੰਗੀ ਹੁੰਦੀ ਹੈ ਉਹ ਇਹ ਰਾਹ ਫੜਿਆ ਹੁੰਦਾ ਕਿ ਅਸੀਂ ਲੋਕ ਭਲਾਈ ਦੇ ਕਾਰਜ ਕਰਨੇ ਆ ਜੀ ਉਹ ਸੰਸਥਾ ਦਾ ਕੋਈ ਜਿਹੜਾ ਚੰਗਾ ਮੁਖੀ ਹੁੰਦਾ ਵਾ ਜੀ ਉਹ ਸੰਸਾਰ ਤੋਂ ਪੂਜ ਕਰ ਜਾਂਦਾ ਜਦੋਂ ਜੀ ਫਿਰ ਉਹ ਸੰਸਥਾ ਦੇ ਮੁਖੀ ਦੀ ਉੱਥੇ ਹੀ ਸਮਾਦ ਬਣਾਈ ਜਾਂਦੀ ਹੈ ਫਿਰ ਉਹਨੂੰ ਪੂਜਿਆ ਜਾਂਦਾ ਹੈ ਯਾਤਰਾ ਡੇਰਿਆਂ ਵਿੱਚ ਇਹ ਹੋ ਜਾਂਦਾ ਇਹ ਚੀਜ਼ਾਂ ਹਾਂ ਹੁਣ ਜਦੋਂ ਉਹ ਸਮਾਧ ਬਣ ਗਈ ਫਿਰ ਉਹਨੂੰ ਪੁੱਜਣ ਲੱਗਣਾ ਫਿਰ ਗੁਰੂ ਨਾਲ ਤੇ ਸੱਚ ਨਾਲ ਕੱਟ ਜੁੜਨਾ ਫਿਰ ਉਹਦਾ ਸੰਸਤਾ ਦਾ ਰਾਹ ਹੀ ਹੋਰੇ ਨਾਲ ਕੱਟ ਜੁੜਨਾ ਲੋਕਾਂ ਨੇ ਫਿਰ ਉਹਦੀ ਸਮਾਧ ਹੁੰਦੀ ਬਣੀ ਉਹਨਾਂ ਜਿਹੜੇ ਜਾਂਦਾ ਫਿਰ ਦੁਕਾਨ ਚੱਲਦੀ ਜੀ ਸੌਰੀ ਟੂ ਸੇ ਜਰਾਤਰ ਜਿਹੜੀਆਂ ਚੀਜ਼ਾਂ ਨੇ ਇਹ ਦੁਕਾਨਾਂ ਹੀ ਚੱਲ ਰਹੀਆਂ ਜੀ ਪਰ ਗੁਰਜੀਤ ਸਿੰਘ ਜੀ ਵੈਸੇ ਵੇਖਿਆ ਗਿਆ ਚਲੋ ਅਸੀਂ ਪੰਜਾਬ ਦੇ ਵਿੱਚ ਆਪ ਜੀ ਵੀ ਵਿਚਰੇ ਹੋ ਮੈਂ ਵੀ ਰਿਹਾ ਵਾਂ ਜਾਤ ਤਰ੍ਹਾਂ ਹੀ ਦੇਖਿਆ ਗਿਆ ਕਿ ਵੇਖੋ ਜੀ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਕਰਮ ਕਾਂਡਾਂ ਤੋਂ ਪਖੰਡਵਾਦ ਤੋਂ ਕੱਢਿਆ ਸੀ ਹਣਾ ਅੱਜ ਸਿੱਖ ਜਿਹੜਾ ਵਾ ਫਿਰ ਡੇਰਾਵਾਦ ਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਪਖੰਡਵਾਦ ਦੇ ਵਿੱਚ ਜੇ ਕਹੀਏ ਤੇ ਜਾਦਾ ਵੜ ਗਿਆ ਹੋਇਆ ਅਸੀਂ Hindu ਧਰਮ ਦੇ ਵਿੱਚ ਵੀ ਜਿਹੜੇ ਆ ਜੇ ਕਹੀਏ ਤੇ ਬੜੇ ਬੜੇ ਵਿਦਵਾਨ ਨੇ ਜਿਨ੍ਹਾਂ ਨੇ ਲੋਕਾਂ ਨੂੰ ਬੜੀ ਸੇਧ ਦਿੱਤੀ ਆ ਮੁਸਲਮਾਨਾਂ ਦੇ ਵਿੱਚ ਵੀ ਐਸੇ ਬੜੇ ਵਿਦਵਾਨ ਆਏ ਨੇ ਮਹਾਤਮਾ ਆਏ ਨੇ ਕਿ ਜਿਨ੍ਹਾਂ ਨੇ ਲੋਕਾਂ ਨੂੰ ਸੇਧ ਦਿੱਤੀ ਚੰਗੇ ਪ੍ਰਚਾਰਕ ਹਨ ਹਰ ਧਰਮ ਦੇ ਵਿੱਚ ਹਨ ਕਿ ਜਿਹੜੇ ਲੋਕਾਂ ਨੂੰ ਸਹੀ ਜੀਵਨ ਜਾਂਚ ਦੀ ਸੇਧ ਦੇ ਰਹੇ ਹਨ ਜੀ ਅਸੀਂ ਅਕਸਰ ਸੁਣਿਆ ਜਾਂਦਾ ਸੀ ਕਿ 크ਿਸਚੀਅਨਿਟੀ ਦੇ ਵਿੱਚ ਵੀ ਅਸੀਂ ਕਦੀ ਬਹੁਤਾ ਹੱਲਾ ਗੁੱਲਾ ਕਦੀ ਸੁਣਿਆ ਨਹੀਂ ਸੀ ਪੰਜਾਬ ਦੇ ਵਿੱਚ ਕਿ ਇਹਨਾਂ 'ਚ ਪਖੰਡਵਾਦ ਨਹੀਂ ਹੈਗਾ ਜੀ ਕਿਤੇ ਨਾ ਕਿਤੇ ਚਲੋ ਇਹ ਇਹਨਾਂ ਦੀ ਰੈਫਰੈਂਸ ਵੀ ਦੇ ਦਿੱਤੀ ਜਾਂਦੀ ਕਿ ਚੱਲ ਯਾਰ ਇਹ ਵਿਦੇਸ਼ੀ ਵਿਦੇਸ਼ੀ ਧਰਤੀ ਤੋਂ ਚੱਲਿਆ ਹੋਇਆ ਧਰਮ ਆ ਪਖੰਡਵਾਦ ਥੋੜਾ ਇਹਦੇ 'ਚ ਪੰਜਾਬ 'ਚ ਲੋਕਾਂ ਨੂੰ ਵੇਖਣ ਨੂੰ ਨਹੀਂ ਮਿਲਿਆ ਪਰ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਵੇਖਨੇ ਆ ਕਿ ਜਿਵੇਂ ਜਿਸ ਬੁਰੇ ਤਰੀਕੇ ਨਾਲ ਇਸ ਦਾ ਚਿਹਰਾ ਜਿਵੇਂ ਆ ਇਹਨੂੰ ਇਹਨੂੰ ਪਖੰਡਵਾਦ ਦੇ ਨਾਲ ਜੋੜ ਦਿੱਤਾ ਗਿਆ ਕਿ ਇਹ ਚੀਜ਼ ਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਬੇਸਿਕਲੀ ਐਕਚੁਅਲ ਚ ਕ੍ਰਿਸਚੀਅਨਿਟੀ ਹੈ ਕੀ ਆ ਪਰ ਉਹਦੀ ਰਿਪਰੈਜੈਂਟੇਸ਼ਨ ਕਿਸੇ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਅਲੱਗ ਤੇ ਅਨੋਕੇ ਢੰਗ ਦੇ ਨਾਲ ਹੀ ਪ੍ਰੈਜੈਂਟ ਹੋ ਰਹੀ ਹੈ ਪੰਜਾਬ ਦੀ ਧਰਤੀ ਤੇ ਮੈਂ ਨਾ ਜੀ ਰਿਸ਼ੀ ਜੀ ਇੱਥੇ ਜਿਹੜਾ ਕ੍ਰਿਸਚੀਅਨਿਟੀ ਇੱਥੇ ਹੈ ਨਾ ਅਮਰੀਕਾ ਜਾਂ ਬਾਹਰ ਦੇ ਦੇਸ਼ਾਂ ਵਿੱਚ ਮੈਨੂੰ 2014 ਵਿੱਚ ਚਰਚੀ ਜਾਂਦਾ ਮੈਂ ਸੋਚਿਆ ਕਿ ਚਲ ਚਰਚ ਜਾ ਕੇ ਦੇਖ ਕੇ ਆਉਣਾ ਕੀ ਹੰਨੜਾ ਦਾ ਹੌਲ ਚਾਲ ਕੀ ਹੈ ਜੀ ਬਸ ਉੱਥੇ ਉਹਨਾਂ ਤਿੰਨ ਚੀਜ਼ਾਂ ਬਣਾਈਆਂ ਇੱਕ ਜਿੱਦਾਂ ਵੱਡਾ ਸਾਰਾ ਰੂਮ ਆ ਤੇ ਚੇਅਰਸ ਵਗੈਰਾ ਲੱਗੀਆਂ ਨੇ ਤੇ ਦੋ ਜਣੇ ਉਹ ਹੋਲੀ ਬੁੱਕ ਜਿਹੜੀ ਉਹ ਪੜਦੇ ਪੜਦੇ ਨੇ ਤੇ ਨਾਲ ਜਿਹੜੇ ਮਗਰਲੇ ਆ ਉਹ ਵੀ ਪੜਦੇ ਨੇ ਜੀ ਠੀਕ ਹੈ ਜੀ ਫਿਰ ਉਹਨਾਂ ਦਾ ਅਗਲਾ ਸੈਗਮੈਂਟ ਹੁੰਦਾ ਕਿ ਬੁੱਕ ਜਿਹੜਾ ਤੁਸੀਂ ਪੜਿਆ ਆ ਹੂੰ ਉਹਨੂੰ ਵਿਚਾਰਨਾ ਹੂੰ ਉਹ 5-5 7-7 ਜਣੇ ਦਾ ਗਰੁੱਪ ਬਣਾਉਂਦੇ ਨੇ ਤੇ ਇੱਕ ਜਿਹੜਾ ਕਾਈਂਡ ਆਫ ਜਿੱਦ ਆਪਾਂ ਕਹਿੰਦੇ ਗ੍ਰੰਥੀ ਇੱਕ ਉਹਨਾਂ ਦਾ ਪਾਸਟਰ ਪਾਸਟਰ ਹੁੰਦਾ ਉੱਥੇ ਬੈਠਦਾ ਫਿਰ ਜਿਹੜੇ ਕਿ ਇਹਦੇ ਕੁਐਸਚਨ ਹੁੰਦੇ ਨੇ ਉਹ ਉਹਨੂੰ ਪੁੱਛਦੇ ਨੇ ਕਿ ਆ ਇੱਥੇ ਇਦਾਂ ਕਿਉਂ ਆ ਆ ਇੱਥੇ ਇਦਾਂ ਆਵਾ ਤੇ ਇਹਦਾ ਕੀ ਮੀਨਿੰਗ ਅਰਥ ਕੀ ਹੈ ਠੀਕ ਹੈ ਫਿਰ ਉਹਨਾਂ ਵਿੱਚ ਹੁੰਦਾ ਕਿ ਤੀਜਾ ਨੰਬਰ ਹੁੰਦਾ ਕਿ ਜੋ ਜੋ ਵੀ ਕੋਈ ਲੈ ਕੇ ਆਇਆ ਹੁੰਦਾ ਜੀ ਖਾਣ ਪੀਣ ਨੂੰ ਉਹ ਫਿਰ ਇੱਕ ਜਿੰਨਾ ਵੰਡ ਕੇ ਖਾਂਦੇ ਨੇ ਲੈ ਕੇ ਆਪਣਾ ਹੀ ਹੁੰਦੇ ਨੇ ਜੇ ਤੂੰ ਕੋਸੇ ਲੈ ਕੇ ਆਏ ਜਿਹੜੇ ਚਾਰ ਜਣੇ ਬੈਠੇ ਆ ਤੂੰ ਮੈਨੂੰ ਦੇ ਦੇ ਖਾਣ ਨੂੰ ਕੁਛ ਤੇ ਮੈਂ ਤੈਨੂੰ ਤੂੰ ਮੇਰਾ ਐਕਸਚੇਂਜ ਹੋ ਜਾਂਦਾ ਐਕਸਚੇਂਜ ਹੋ ਜਾਂਦੀ ਹਾਂ ਜੀ ਸੋ ਇਹ ਤਿੰਨ ਚਾਰ ਪ੍ਰੋਸੈਸ ਨੇ ਇੱਥੇ ਜਿਹੜੀਆਂ ਚਰਚਾਂ ਨੇ ਉਹਨਾਂ ਦੇ ਵਿੱਚ ਜੀ ਹੁਣ ਇਹਦਾ ਪੰਜਾਬ 'ਚ 크ਿਸਚਨ ਧਰਮ ਚੱਲ ਰਿਹਾ ਜੀ ਅ ਮੈਂ ਕਹਾਂਗਾ ਕਿ ਮੈਨੂੰ ਲੱਗਦਾ ਜਿਹੜੇ ਇੱਥੇ ਦੇ 크ਿਸਚਨ ਇਹ ਵੀ ਸੋਚਣਗੇ ਕਿ ਇਹ ਹੋਰ ਕੋਈ ਧਰਮ ਆ 크ਿਸਚਨ ਨਹੀਂ ਹੈਗਾ ਜਿਹਾ ਜਿਹਾ ਇੱਥੇ ਸਿਸਟਮ ਚੱਲ ਰਿਹਾ ਜੀ ਅ 크ਿਸਚਨ ਧਰਮ ਨੇ ਬੜੀ ਤਰੱਕੀ ਕੀਤੀ ਹੁਣ ਜੀ ਜੀ ਦੇਖੀਏ 100 ਤੋਂ ਵੱਧ ਦੇਸ਼ ਨੇ ਇਹਨਾਂ ਦੇ ਜਿੰਨੇ ਦੇਸ਼ ਨੇ ਜੀ ਤੇ ਸੋਹਣਾ ਉਹਨਾਂ ਨੂੰ ਬਣਾਇਆ ਹੋਇਆ हां जी ਕੱਲੇ ਸੂਵ ਦੇਸ਼ ਨਹੀਂ ਹੈਗੇ ਕਿ ਦੋ ਸੂਵ ਦੇਸ਼ ਨੇ ਸਿਰਫ ਉਹਨਾਂ ਨੂੰ ਬਣਾਇਆ ਉਹਨਾਂ ਦਾ ਸਟਰਕਚਰ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਵੀ ਇਦਾਂ ਚੱਲ ਰਿਹਾ ਕਿ ਬੜਾ ਦੁਨੀਆ ਅਟਰੈਕਟ ਆ ਉਧਰ ਨੂੰ ਹਾਂ ਜੀ ਅੱਜ ਦੁਨੀਆ ਭੱਜ ਰਹੀ ਹੈ ਕਿ ਹੁਣ ਉੱਥੇ ਜਿਹੜਾ ਕ੍ਰਿਸਚੀਅਨ ਕੰਮ ਚੱਲਣ ਡਿਆ ਵਾ ਉੱਥੇ ਵੀ ਤਾਂ ਨਹੀਂ ਭੱਜ ਰਹੀ ਵੈਸੇ ਪਰ ਭੱਜ ਰਹੀ ਹੈ ਪਖੰਡਵਾਦ ਵਾਲੇ ਵੇਖ ਕੇ ਉੱਥੇ ਸਟਰਕਚਰ ਕੋਈ ਨਹੀਂ ਹੈਗਾ ਚੰਗੇ ਦਾ ਪੈਹਾ ਵੰਡਿਆ ਜਾ ਰਿਹਾ ਫੰਡ ਲੈ ਜਾ ਰਹੇ ਨੇ ਸ਼ਾਇਦ ਬਾਹਰੋਂ ਹੀ ਜਾ ਰਹੇ ਹੁਣ ਹੂੰ ਨੋ ਡਾਊਟ ਹੈ ਨਾ ਕਿ ਉੱਥੇ ਤੇ ਕੋਈ ਇਦਾਂ ਨੇ ਕਿ ਪੈਦਾ ਹੋ ਰਿਹਾ ਤਾਂ ਫੰਡ ਚੋ ਬਾਰੋਂ ਯਾਰੇ ਹੁਣ ਜਾਂ ਲੋਕਾਂ ਨੂੰ ਲਾਲਚ ਦੇ ਕੇ ਕਿਸੇ ਚੀਜ਼ਾਂ ਲਈ ਕੀਤੇ ਯਾਰਿਆ ਕਿ ਮੈਂ ਤੇਰੀ ਬਿਮਾਰੀ ਠੀਕ ਕਰ ਦੂੰਗਾ ਮੈਂ ਤੇਰਾ ਇਦਾਂ ਸ਼ਕਤੀ ਮਾਰਾਂਗਾ ਤੇ ਕੁਝ ਇਹੋ ਜਿਹਾ ਹੋ ਜਾਏਗਾ ਇਹ 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 ਜ਼ਿਆਦਾਤਰ ਜਿਹੜਾ ਆ ਇਹ ਇਸੇ ਚੀਜ਼ ਚੋਂ ਹੀ ਪੈਦਾ ਹੁੰਦਾ ਕਿ ਤਾਂ ਦੀ ਸੋਚ ਕੀ ਤੁਸੀਂ ਕਿਹੜੀ ਚੀਜ਼ ਮਗਰ ਪਾ ਰਹੇ ਹੋ ਦੇਖੋ ਜੀ ਪਦਾਰਥਵਾਦ ਆ ਬੇਸਿਕਲੀ ਗੱਲ ਤੇ ਐਟ ਦੀ ਐਂਡ ਆਫ ਦਾ ਡੇ ਉੱਤੇ ਹੀ ਮੁੱਕਦੀ ਆ ਜੇ ਅੱਜ ਸਾਡੀ ਮਾਨਸਿਕਤਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕਮਜ਼ੋਰ ਰਿਹਾ ਉਹ ਕਮਜ਼ੋਰ ਵੀ ਇਸੇ ਕਰਕੇ ਆ ਕਿ ਪਦਾਰਥਵਾਦ ਦੀ ਕਮੀ ਹੋਣ ਕਰਕੇ ਤੇ ਉਹਦੀ ਵੈਲਿਊ ਜਿਹੜੀ ਆ ਉਹ ਸਾਡੀ ਨਿਗਾਹ ਦੇ ਵਿੱਚ ਅਨਨੈਸੈਸਰਲੀ ਹੱਦ ਤੋਂ ਜ਼ਿਆਦਾ ਵਧੀ ਹੋਈ ਆ ਉਹਦੇ ਵਾਸਤੇ ਚਾਹਤ ਵੀ ਉਨੀ ਵਧੀ ਹੋਈ ਆ ਇਸ ਕਰਕੇ ਪਖੰਡਵਾਦ ਨੇ ਕਿਤੇ ਨਾ ਕਿਤੇ ਇਸ ਚੀਜ਼ਾਂ ਦਾ ਜਨਮ ਲੈ ਲਿਆ ਹੋਇਆ ਇਹ ਹਰ ਧਰਮ ਚ ਨਹੀਂ ਹਿੰਦੂ ਚ ਨਹੀਂ ਹੈਗੀਆਂ ਗੱਲਾਂ ਜਿਆਦਾਤਰ ਤਰੀਕੇ ਨਾਲ ਜੇ ਖਿ ਜਾਵੇ ਹਰ ਧਰਮ ਨੇ ਹਰ ਧਰਮ ਵਿੱਚ ਹੀ ਇਹ ਚੀਜ਼ ਜਿਹੜੀ ਬੜੇ ਵੱਡੇ ਤੌਰ ਤੇ ਫੈਲੀ ਹੋਈ ਹੈ ਬਿਲਕੁਲ ਜੇ 10 ਚੀਜ਼ਾਂ ਚੰਗੀਆਂ ਨੇ ਤੇ ਆਈ ਥਿੰਕ 90 ਚੀਜ਼ਾਂ ਮਾੜੀਆਂ ਹੋ ਰਹੀਆਂ ਅੱਜ ਦੇ ਟਾਈਮ 'ਚ ਹੈ ਨਾ ਸੋ ਜੇ ਵੇਖਿਆ ਜਾਵੇ ਆਪਾਂ ਜਿੱਦਾਂ ਕਿਸੇ ਛੋਟੇ ਛੋਟੇ ਹੁੰਦੇ ਆਪਾਂ ਦੇਖਦੇ ਰਹੇ ਹਾਂ ਚੀਜ਼ਾਂ ਕਿ ਪਰਿਵਾਰਕ ਸਾਂਝਾਂ ਬੜੀਆਂ ਹੁੰਦੀਆਂ ਸੀ ਬਿਲਕੁਲ ਹੈ ਨਾ ਉਹ ਟੁੱਟਦੀਆਂ ਜਾ ਰਹੀਆਂ ਨੇ ਚੀਜ਼ਾਂ ਨੇ ਅੱਜ ਕਿਸੇ ਨੂੰ ਦੂਜੇ ਘਰ ਦੇ ਬਾਰੇ ਨਹੀਂ ਪਤਾ ਹੁੰਦਾ ਕਿ ਇਹ ਉਜਾਈ ਕੌਣ ਜਿੱਦਾਂ ਕਿੱਥੇ ਤੀ ਵਿਆਈ ਮਤਲਬ ਇੱਥੋਂ ਤੱਕ ਮਨਾ ਜਕਰਤਨ ਆ ਗਈ ਹੈ ਨਾ ਬਿਲਕੁਲ ਇਹ ਚੀਜ਼ ਆਪਾਂ ਜਿੱਦਾਂ ਗੱਲ ਕਰਦੇ ਪਏ ਸੀ ਕਿ ਇਹਨੇ ਸਮਾਜ ਨੂੰ ਝੋੜ ਕੇ ਰੱਖਦਾ ਇਕੱਲਾਪਨ ਬੜਾਇਆ ਮਤਲਬ ਜਿੱਦਾਂ ਦਾ ਨਵਾਂ ਜਿਹੜਾ ਜੋਗ ਆ ਰਿਹਾ ਮਤਲਬ ਪਰਿਵਾਰ ਸੈਪਰੇਟ ਹੋ ਰਹੇ ਨੇ ਮਾਪਿਆਂ ਨਾਲ ਨਾ ਉਹ ਧੀ ਨਹੀਂ ਰਹਿਣਾ ਚਾਹੁੰਦੀ ਆ ਪਿਓ ਪੁੱਤ ਨਹੀਂ ਰਹਿਣਾ ਚਾਹੇ ਲੜਾਈਆਂ ਹੋ ਰਹੀਆਂ ਨੇ ਫਿਰ ਪਰਿਵਾਰਾਂ ਦਾ ਜਿਹੜਾ ਸੈਪਰੇਸ਼ਨ ਹੈ ਜਦੋਂ ਬੰਦਾ ਕਾਂਚ ਉਹ ਵੀ ਕਿਤੇ ਲੱਭਦਾ ਕਿ ਮੈਂ ਹੁਣ ਕਿਤੇ ਜਾਵਾਂ ਮੈਨੂੰ ਵੀ ਘਰੇ ਢੋਈ ਮਿਲੇ ਤਾਂ ਕਰਕੇ ਡੇਰਾਵਾਂ ਨੂੰ ਬੜਾਵਾ ਮਿਲਦਾ ਹੈ ਬਿਲਕੁਲ ਹੁਣ ਜੇ ਆਪਾਂ ਪਹਿਲਾਂ ਸ਼ੁਰੂ ਗੱਲ ਕੀਤੀ ਕਿ ਲੀਡਰ ਜਿਹੜੇ ਲੋਗ ਨੇਤਾ ਲੋਗ ਨੇ ਕਿਦਾਂ ਦੇ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਕਿਤੇ ਕੋਈ ਸ਼ਹੀਦ ਹੁੰਦਾ ਨਾ ਜੀ ਫੌਜੀ ਜਾਂ ਕੋਈ ਇਹੋ ਜਿਹਾ ਉਹਦੇ ਬਾਅਦ ਤੇ ਫੰਡ ਆ ਜਾਂਦੇ ਨੇ ਉਹਨੂੰ ਲੱਖੋ ਕਰੋੜ ਰੁਪਏ ਦਿੱਤੇ ਜਾਂਦਾ ਗੈਸਟ ਸਟੇਸ਼ਨ ਦਿੱਤੇ ਜਾਂਦੇ ਨੇ ਜਾਂ ਕਿਤੇ ਕੋਈ ਆਪਤਾ ਆ ਜਾਂਦੀ ਹੈ ਜੇ ਕਿਤੇ ਕਿਸਦਾ ਬੱਚਾ ਮਰ ਗਿਆਗਾ ਉਹ ਕਿਸੇ ਵੱਡੇ ਲੈਵਲ ਤੇ ਆ ਗਿਆ ਕੋਈ ਚੀਜ਼ ਉਹ ਮਿੰਟ ਲੋਜੀ ਗਵਰਨਮੈਂਟ ਫੰਡ ਦੇਣ ਲੱਗੀ ਜੀ ਪਰ ਜੇ ਕਿਤੇ ਕੋਈ ਚਿੰਗਾ ਕੰਮ ਕਰਨਾ ਆ ਜੇ ਕਿਸੇ ਸਵਾਲ ਭਲਾਈ ਦੇ ਕੰਮ ਕਰਨਾ ਉੱਥੇ ਗਵਰਨਮੈਂਟ ਵੀ ਇਹ ਚੀਜ਼ਾਂ ਕੰਨੀ ਕਰਾਉਣੀ ਠੀਕ ਹੈ ਐਜੂਕੇਸ਼ਨ ਦੀ ਗੱਲ ਕਰ ਲਈਏ ਹੁਣ ਅਸੀਂ ਸਰਕਾਰੀ ਸਕੂਲਾਂ 'ਚ ਪੜੇ ਹਾਂ ਜੀ ਸਭ ਤੋਂ ਸਰਕਾਰੀ ਸਕੂਲ ਬੜੀ ਵਧੀਆ ਐਜੂਕੇਸ਼ਨ ਹੁੰਦੀ ਬਿਲਕੁਲ ਅੱਜ ਵੀ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਹਾਲਾਤ ਬਹੁਤ ਵਧੀਆ ਨੇ ਸੋ ਐਜੂਕੇਸ਼ਨ ਜਿਹੜੀ ਗਵਰਨਮੈਂਟ ਦੇ ਤੌਰ ਤੇ ਉਹਨੂੰ ਬਿਲਕੁਕੁਲ ਸਫਾ ਚਾਟੀ ਕਰਦਾ ਹੈ ਕਿ ਜੇਕਰ ਐਜੂਕੇਸ਼ਨ ਹੈ ਵੀ ਹੈ ਜਿਹੜਾ ਉਹਦਾ ਸਿਲੇਬਸ ਹੈ ਉਹਨੂੰ ਇਹੋ ਜਿਹਾ ਦੁਨੀਆਵੀ ਜਿਹਾ ਬਣਾ ਦਿੱਤਾ ਗਿਆ ਕਿ ਕਿਤੇ ਜਿਹੜੀਆਂ ਜਿਹੜਾ ਸਾਡਾ ਇਤਿਹਾਸ ਆ ਸਪਿਰਚੁਅਲਿਟੀ ਜਿਹੜੀ ਆ ਨਾ ਉਹ ਬੇਸਿਕਲੀ ਕੋਲ ਮਲਾ ਕੇ ਜਿਹੜੀ ਉਹ ਚੁੱਕਾ ਡਿੱਤੀ ਗਈ ਆ ਤੇ ਆਮ ਹਰ ਧਰਮ ਨੂੰ ਦੁਨੀਆਵੀ ਐਗਜ਼ੈਂਪਲਸ ਦੇ ਨਾਲ ਜੋੜ ਦਿੱਤਾ ਗਿਆ ਮੈਂ ਨਾ ਇੱਥੇ ਇੱਕ ਗੱਲ ਗੁਰਜੀਤ ਸਿੰਘ ਜੀ ਜ਼ਰੂਰ ਮੈਂ ਆਪਣੇ ਸਰੋਤਿਆਂ ਨਾਲ ਵੀ ਕਰਨੀ ਚਾਹੁੰਗਾ ਕਿ ਵੇਖੋ ਕਈ ਵਾਰੀ ਸਵਾਲ ਹੁੰਦਾ ਕਿ ਧਰਮ ਮ ਬਣਾਉਣ ਦੀ ਲੋੜ ਹੀ ਕੀ ਸੀ ਰੱਬ ਨੂੰ ਕਿ ਧਰਮ ਨੇ ਜਿਹੜੇ ਆ ਉਹ ਵੱਖਵਾਦ ਪੈਦਾ ਕਰਤਾ ਧਰਮ ਨੇ ਜੀ ਅਤਵਾਦ ਪੈਦਾ ਕਰਤਾ ਧਰਮ ਨੇ ਜਿਹੜੀ ਸੋਚ ਆ ਲੋਕਾਂ ਦੀ ਅਲੱਗ-ਅਲੱਗ ਕਰਤੀ ਮੈਂ ਇੱਥ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਰਹਿੰਦੇ ਹੋ ਕੀ ਤੁਸੀਂ ਚਾਰ ਮੈਂਬਰ ਦੇ ਚਾਰ ਮੈਂਬਰ ਇੱਕੋ ਧਰਮ ਦੇ ਹੋ ਜੇ ਤੁਸੀਂ ਇੱਕ ਧਰਮ ਦੇ ਹੋ ਕੇ ਇੱਕੋ ਇੱਕ ਛੱਤ ਦੇ ਥੱਲੇ ਚਾਰ ਮੈਂਬਰਾਂ ਦੀ ਸੋਚ ਦੇ ਵਿੱਚ ਫਾਸਲਾ ਹੈਗਾ ਵਾ ਤੇ ਫੇਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਬਈ ਜਿਹੜਾ ਧਰਮ ਹੈ ਉਹ ਨਹੀਂ ਸਿ ਐਗਜ਼ਿਸਟ ਕਰਨਾ ਚਾਹੀਦਾ ਵੇਖੋ ਜੀ ਜਿਹੜੀ ਸੋਚ ਦਾ ਫਰਕ ਹੁੰਦਾ ਵਾ ਇਹ ਧਰਮ ਦਾ ਨਹੀਂ ਧਰਮ ਨੇ ਹਮੇਸ਼ਾ ਹੀ ਇੱਕ ਚੰਗੀ ਸੇਧ ਹੀ ਜਿਹੜੀ ਆ ਮਾਨਵਤਾ ਨੂੰ ਦਿੱਤੀ ਹੈ ਤੇ ਇਹ ਚੀਜ਼ ਹਜ਼ਾਰਾਂ ਹੀ ਕਰੋੜਾਂ ਸਾਲਾਂ ਤੋਂ ਚੱਲਦੀ ਆਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੱਲਦੀ ਰਹਣੀ ਕਿਉਂਕਿ ਧਰਮ ਦੀ ਜਿਹੜੀ ਸਥਾਪਨਾ ਉਹ ਸੱਚ ਦੇ ਉੱਪਰ ਤੇ ਸੱਚ ਹਮੇਸ਼ਾ ਰਹਿੰਦਾ ਹੈ ਝੂਠ ਕਈ ਵਾਰੀ ਲੱਗਦਾ ਜ਼ਰੂਰ ਆ ਕਿ ਤਗੜਾ ਹੋ ਗਿਆ ਪਰ ਐਟ ਦੀ ਐਂਡ ਆਫ ਦਾ ਡੇ ਉਹਨੇ ਡੇਗ ਹੀ ਪੈਣਾ ਹੁੰਦਾ ਜੀ ਬਿਲਕੁਲ ਜਿਹਦੀ ਸਹੀ ਤੁਸੀਂ ਬੜੀ ਵਧੀਆ ਗੱਲ ਕੀਤੀ ਧਰਮ ਦੀ ਡੈਫੀਨੇਸ਼ਨ ਜੇ ਕੋਈ ਮੇਰੇ ਕੋਲ ਮੈਂ ਅਜਦਾ ਹਾਇਦ ਨਹੀਂ ਕੋਈ ਧਰਮ ਦੀ ਮੈਂ ਡੈਫੀਨੇਸ਼ਨ ਨਾ ਪਰ ਮੈਨੂੰ ਜਿਸ ਤੱਕ ਜਿੰਨੀ ਕੀ ਸਮਝ ਆ ਮੈਨੂੰ ਲੱਗਦਾ ਸੱਚ ਹੀ ਧਰਮ ਹੈ ਬਿਲਕੁਲ ਜੀ ਜੇ ਤੁਹਾਡੇ ਅੰਦਰ ਸੱਚ ਹੈ ਤਾਂ ਤੁਸੀਂ ਧਰਮੀ ਹੋ ਕੋਈ ਧਰਮੀ ਹੋ ਤੇ ਜੇ ਤੁਹਾਡੇ ਅੰਦਰ ਝੂਠ ਆ ਕੂੜਿਆ ਫਿਰ ਤੁਸੀਂ ਧਰਮੀ ਨਹੀਂ ਹੋ ਸਕਦੇ ਬਿਲਕੁਲ ਜੀ ਭਾਵੇਂ ਜੀ ਨੰਬਰ ਦੀ ਮੁਖਟਾ ਪਾਈ ਜਾਈ ਜੀ ਆਪਾਂ ਤੁਹਾਡੇ ਅੰਦਰ ਜਿਹੜਾ ਜਮੀਰ ਹੈ ਉਹਨੇ ਤੁਹਾਨੂੰ ਗੱਲਾਂ ਕਰੀ ਜਾਣੀਆਂ ਵੀ ਆ ਤੂੰ ਕੀ ਕਰਨਿਆ ਬਿਲਕੁਲ ਸੋ ਧਰਮੀ ਹੋਣ ਦੀ ਬਾਹਰੋਂ ਅੰਦਰੋਂ ਬਾਹਰੋਂ ਘੱਟ ਕੋਸ਼ਿਸ਼ ਕਰੋ ਅੰਦਰੋਂ ਸੱਚੇ ਦੇ ਧਰਮੀ ਬਣੋ ਜਰੂਰ ਬਣੋ ਬਿਲਕੁਲ ਜੀ ਬਹੁਤ ਵਧੀਆ ਗੁਰਜੀਤ ਸਿੰਘ ਜੀ ਸੋ ਆਪ ਜੀ ਦਾ ਵੀ ਬੜਾ ਧੰਨਵਾਦ ਹੈ ਤੇ ਦੋਸਤੋ ਤੁਹਾਨੂੰ ਇਹ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਸਾਡੇ ਚੈਨਲ ਜ਼ੂਮ ਪੰਜਾਬੀ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਇਹ ਐਪੀਸੋਡ ਦੇਖਣ ਦਾ ਇੱਕ ਵਾਰ ਤੁਹਾਡਾ ਫ